जे दाज वरी जो कुड़ी तुसीं देना ना गहना ये सोने की चैनी के उपर काम करता भाई लखा सूट आता लखा ही दे बिक जाता साढ़े को शोपा वाले बुटीक वाले जो देन लैन आ भी लै जाते 250 का सूट चुन्नी नाल 350 का सूट चुन्नी नाल हूँ तो आप कहने रौनक लग चुकी है बाजार भी सज चुके हैं दुकाना भी सज चुकी हैं भी कस्टमर इदा ही सवेरे सवेरे इतने जोड़े कि आने शुरू हो जाते हैं नहीं तो दुकाना दे अक्सर हों भी 11 बजे तो पहला कोई बढ़ता नहीं पर इतने 6:30-7-8 बजे तो जी के आन जानी शुरू हो जाती है बेबे कितों आए तुम असं फरीदकोट के नाम पिंड गोलेवाला उतों आए हैं जी किन्ने बजे तुरे सवेर तो सवेरे से 5 बजे तुरे से इतने आप कितने बजे आए 8 बजे इतने आ गए जी जोड़ा एन आर आई ने बिल बनता से 2.5-3 लाख, 4 लाख, 5 लाख उन्होंने 1-2 लाख सर जाता अद्धे रेटा सर जाता अज पहली बार चीज़ देखी है लग्जरी चीज़ा है मैं ऑनलाइन भी नहीं पा सकता चीज़ा कोई ये लग्जरी चीज़ा है शोरूम में मिलनी ना कि आम दुकान से मिलनी मैडम थानू तो ज़्यादा पता लगता होना भी कितना डिफरेंस है वैरायटी जी कितना लगा थानू वधिया जो नवा कस्टमर जिन्हें करना मैं उन्होंने कहना थोड़ी जी नॉलेज लैके आओ महीना 2 महीने किसी दुकान से ट्राई कर लो ज अपना थोड़ा कर कोई 2 महीने की नॉलेज जरूरी है उन्होंने यदा बाजार रेट है 7500 रुपया जे कोई मोटा बंदा कहना मैं तैयार कराना नॉर्मल साइज आ उन्होंने 12000 रुपया तो उन्होंने बुक कर लेना उन्होंने उन्होंने बना देवे बड़े साइज 12000 रुपये इतने मिल जाना 3600 रुपये का बाजार के मिलना है 7500 रुपये का दुपट्टा भी है भी इतने मिल जाना भाजी 3600 रुपये का ਕਿੰਨਾ ਟਾਈਮ ਤੋਂ ਨਾ ਵੇਖ ਰਹੇ ਆ ਸੀ ਮਤਲਬ 1 ਸਾਲ ਹੀ ਹੋ ਗਿਆ ਤੁਹਾਡੇ ਮਤਲਬ ਇਹ ਚੀਜ਼ ਨੂੰ ਦੇਖਦਿਆਂ ਨੂੰ ਤਾਂ ਸਾਨੂੰ ਵਧੀਆ ਲੱਗ ਰਿਹਾ ਸੀਗਾ ਕਿ ਇੱਥੇ ਜਾਣਾ ਚਾਹੀਦਾ ਆ ਸਮਾਨ ਲੈਣਾ ਚਾਹੀਦਾ ਇੱਥੋਂ ਸੂਟ ਲੈਣੇ ਚਾਹੀਦੇ ਨੇ ਜਿਹੜਾ ਮਰਜ਼ੀ ਡਿਜ਼ਾਈਨ ਇਹਨਾਂ ਨੂੰ ਛਾਂਟ ਲਓ ਜਿਹੜਾ ਮਰਜ਼ੀ ਡਿਜ਼ਾਈਨ ਇੱਕੋ ਰੇਟ ਸਿਰਫ 500 ਰੁਪਿਆ ਸ਼ਾਪਿੰਗ ਇੱਥੇ ਹੀ ਕਰਨੀ ਆ ਅਸੀਂ ਮੈਰਿਜ ਦੇ ਸਾਰੇ ਜੋ ਕੱਪੜੇ ਦੇਣ ਲੈਣ ਵਾਲੇ ਆ ਜਾਂ ਕਿਸੇ ਨੂੰ ਵੀ ਦੇਣੇ ਆ ਸਾਰੇ ਇੱਥੋਂ ਹੀ ਲੈਣੇ ਆ ਹਾਂਜੀ ਬਹੁਤ ਵਧੀਆ ਆ ਇਹਨਾਂ ਦੀ ਕਲੈਕਸ਼ਨ ਵੀ ਬਹੁਤ ਸੋਹਣੀ ਆ और वैरायटी भी बहुत है इन्हां कोले डिजाइन जिद्दां मर्जी लै लो हर एक बंदे दी इत्थे ख्वाहिश पूरी हो जांदी आ रेटा वल्लों भी क्वालिटी वल्लों भी ते वैरायटी वल्लों भी लास्ट ईयर 2 मैरिज सी लास्ट ईयर ते ए भाजी यारी इत्थों लैके गए ने कपड़े ते इन्हां नाल ही मेरी गल हुई सी ते इन्हां ने सानूं आखे भी करे उत्थे भी ट्राई कर लो भी वैरायटी वगैरह वधिया मिलदी उत्थे ते प्राइस भी रीजनेबल है ਭਾਜੀ ਕੰਬਲ ਅੱਜ ਵੀ ਉਸੇ ਰੇਟਾਂ ਦੇ ਆ ਕਿ ਵਧ ਗਿਆ ਉਹੀ ਰੇਟ ਆ ਨਾ ਵਧਣਾ ਤੇ ਨਾ ਵਧਣ ਦੇਣਾ ਹੀ ਆ ਉਹ ਕੁਆਂਟੀਟੀ ਬਹੁਤ ਆ ਜਾਂਦੀ ਆ ਅੱਗੇ ਆਂਦਾ ਟੈਂਪੂ ਭਰ ਭਰ ਕੇ ਹੁਣ ਆਂਦੇ ਟਰੱਕ ਭਰ ਭਰ ਕੇ ਬਹੁਤ ਸੋਹਣੀਆਂ ਫੁਲਕਾਰੀਆਂ ਇਹ ਤੁਹਾਨੂੰ ਵੀ ਅੱਜ 35-35-4-4000 ਰੁਪਏ ਰੇਟ ਆ ਇੱਥੇ 1500-1800-2000 ਚ ਇਹ ਜਿਹੜਾ ਇਹ ਸਟਾਰਟਿੰਗ ਆ ਹਾਂ ਮੈਂ ਇਹ ਕਹਿਣ ਲੱਗਾ ਇਹ 1500-1800 ਆ ਪਰ ਇੱਥੇ ਅਨਲਿਮਿਟਿਡ ਹੈਗੀਆਂ ਫੁਲਕਾਰੀਆਂ ਅਹੀਂ ਜਰਮਨ ਤੁਹਾਡੇ ਦੇਖਦੇ ਮਸ਼ਹੂਰੀ ਬਹੁਤ ਚੱਲਦੀ ਹੁੰਦੇ ਸੀ ਤੇ ਬੀਬੀਆਂ ਰੋਜ਼ ਕੱਢ ਕੇ ਬੈਠੀਆਂ ਰਹਿਣਾ ਅਸੀਂ ਆ ਤੇ ਇਸ਼ੋ ਦੀ ਹੱਟੀ ਤੇ ਜਾਣਾ ਮੈਨੂੰ ਬਹੁਤ ਸ਼ੌਂਕ ਸੀਗਾ ਮੈਂ ਇੱਕ ਵਾਰ ਜਾ ਕੇ ਦੇਖ ਕੇ ਆਉਣਾ ਉੱਥੇ ਕਿਦਾਂ ਦਾ ਸਗਨਾ ਵਾਲਾ ਮੰਮੀਆਂ ਵਾਸਤੇ ਬੇਬੀ ਪਿੰਕ ਕਲਰ ਪਹਿਲਾਂ ਆਪਾਂ ਖੋਲ ਲਿਆ ਠੀਕ ਹੈ ਜੀ ਵੱਡੇ ਘੇਰੇ ਆ ਦਿੱਕਤ ਕੋਈ ਨਹੀਂ ਆ ਚਨੋਨ ਦੇ ਦੁਪੱਟੇ ਆ ਸਿਰਫ 2000 ਰੁਪਏ ਚ ਮਿਲ ਜਾਣਾ ਹੈਂਡ ਵਰਕ ਦਾ ਪੂਰਾ ਹੈਵੀ ਪੀਸ ਉਹ ਰੇਟ ਸਹੀ ਆ ਇੱਕ ਗਾਗਾ ਘਰੋਂ ਸੋਚ ਕੇ ਆਂਦਾ ਮੈਨੂੰ 4500 ਦਾ ਮਿਲਣਾ ਇੱਥੇ ਉਹਨੂੰ 4000 ਦੇ 2 ਮਿਲ ਜਾਣੇ ਉਹਨੇ ਇੱਕ ਥੋੜੀ ਲੈ ਜਾਣਾ ਉਹਨੇ 20 ਲੈ ਕੇ ਜਾਣੇ ਉਹਨੇ 15 ਮਨ ਮਨੋਤਾ ਜੀ ਅਗਲੇ ਦਾ ਬਜਟ ਆ ਜਾਂਦਾ ਸਹੀ ਭਾਜੀ ਇੱਕ ਗੱਲ ਹੋਰ ਸਮਝ ਲੱਗੀ ਕਹਿੰਦੇ ਵੀ ਜਦੋਂ ਜਹਾਜ਼ ਲੈਂਡ ਹੁੰਦਾ ਆ ਘਰ ਬਾਅਦ ਚ ਬੀਬੀਆਂ ਦੀਆਂ ਪਹਿਲਾਂ ਇੱਥੇ ਆ ਜਾਂਦੀਆਂ ਪਰਸੋਂ ਵੀ ਗਾਹਕ ਇਦਾਂ ਆਇਆ ਗਾਹਕ ਦਿੱਲੀ ਤੋਂ ਉਹ ਮੈਂ ਕਿਹਾ ਅੰਮ੍ਰਿਤਸਰ ਦੇ ਸੀਗੇ ਦਿੱਲੀ ਫਲੈਟ ਸੀ ਕੈਨੇਡਾ ਤੋਂ ਸ਼ਾਇਦ ਮੈਨੂੰ ਆ ਗਏ ਸੀ ਉਹ ਪਹਿਲਾਂ ਰੁਕ ਕੇ ਗਏ ਵਿਚਾਰੀ ਥੱਕੀ ਹੋਈ ਸੀ ਉਹ ਕਹਿੰਦੀ ਨਹੀਂ ਫੇਰ ਵੀ ਮੈਂ ਆਪਣੀ ਵਾਸਤੇ ਸ਼ੋਪਿੰਗ ਕਰਕੇ ਘਰ ਫੇਰ ਜਾਣਾ ਮੇਰੇ ਕੋਲ 15-20 ਸੂਟ ਲੈ ਕੇ ਗਏ ਅੱਜ ਸ਼ਾਇਦ ਅੱਜ ਜਾਂ ਕੱਲ੍ਹ ਚ ਉਹਨਾਂ ਨੇ ਮੇਰੇ ਕੋਲ ਆਉਣਾ ਸ਼ੋਪਿੰਗ ਕਰਨ ਪਹਿਲਾਂ ਭਾਜੀ 3 ਵਿਆਹਾਂ ਦੀ ਕੀਤੀ ਹੋਈ ਪਹਿਲਾਂ ਆਸ਼ੂ ਦੀ ਹੱਟੀ ਤੋਂ 3 ਵਿਆਹ ਕੀਤੇ ਆ ਹਾਂਜੀ 3 ਵਿਆਹ ਆਸ਼ੂ ਦੀ ਹੱਟੀ ਤੋਂ ਕੀਤੇ ਨੇ ਭਾਜੀ ਡਬਲ ਬੈੱਡ ਦੀ 1000 ਰੁਪਏ ਦੀ ਡਬਲ ਬੈੱਡ ਦੀ ਨਿੱਗੀ ਗਰਮ ਸਿਰਫ 1000 ਰੁਪਏ ਦੇ ਵਿੱਚ ਪੂਰੇ ਵਰਲਡ ਦੀ ਸਭ ਤੋਂ ਫੇਮਸ ਹੱਟੀ ਆਸ਼ੂ ਦੀ ਹੱਟੀ ਜਿਹਨੇ ਦੱਸਿਆ ਸੀ ਵੀ ਤੁਹਾਡੇ ਪੈਸੇ ਕਿੱਦਾਂ ਬਚਾਉਣੇ ਹਨਾ ਸਲੋ ਜੀ ਸਵੇਰ ਦੇ 8 ਵਜ ਚੁੱਕੇ ਤਾਂ ਆਪਾਂ ਪਹੁੰਚ ਚੁੱਕੇ ਹਾਂ ਆਸ਼ੂ ਦੀ ਹੱਟੀ ਦੇ ਜੋ ਕਿ ਰੋਜ਼ਾਨਾ ਹੀ ਸਵੇਰੇ 6 ਵਜੇ ਇਹ ਦੁਕਾਨ ਖੁੱਲ ਜਾਂਦੀ ਆ ਤੇ ਲੋਕਾਂ ਦੇ ਵੱਡੇ ਫਾਇਦੇ ਕਰਦੀ ਆ ਤੁਸੀਂ ਦੇਖ ਲਓ ਵੀ ਜਦੋਂ ਹੀ ਆਪਾਂ ਇਸ ਦੁਕਾਨ ਦੇ ਅੰਦਰ ਐਂਟਰ ਹੁੰਨੇ ਆ ਸ਼ਟਰ ਜਦੋਂ ਚੱਕ ਦਿੰਦੇ ਹਨਾ ਸਵੇਰੇ ਜੇਕਰ ਇਹ ਦੁਕਾਨ ਖੁੱਲਦੀ ਹੈ ਤੇ ਉਸ ਦੇ ਨਾਲ ਇੱਥੇ ਜਿਹੜੇ ਇਹਨਾਂ ਦੇ ਗਾਹਕ ਹੈਗਾ ਉਹਨਾਂ ਦਾ ਵੀ ਆਉਣਾ ਸ਼ੁਰੂ ਹੋ ਜਾਂਦਾ ਤੇ ਜਦੋਂ ਹੁਣ ਐਂਟਰੀ ਦੇਖਦੇ ਆ ਵੀ ਹਮੇਸ਼ਾ ਹੀ ਇੱਥੇ ਜਿਹੜੇ ਕਿ ਟਰੱਕਾਂ ਦੇ ਟਰੱਕ ਭਰ ਕੇ ਇੱਥੇ ਜਿਹੜਾ ਕਿ ਸਟਾਕ ਆ ਜਾਂਦਾ ਚਾਹੇ ਤੁਸੀਂ ਆਪਣੀਆਂ ਦੇਖ ਲਓ ਚਾਹੇ ਆ ਬਜ਼ੁਰਗਾਂ ਦੇ ਸੂਟ ਦੇਖ ਲਓ ਚਾਹੇ ਹੈਵੀ ਸੂਟ ਦੇਖ ਲਓ ਤਾਂ ਇੱਧਰ ਵੀ ਤੁਸੀਂ ਦੇਖ ਲਓ ਵੀ ਹਨਾ ਪੂਰੀਆਂ ਧਾਂਕਾਂ ਲੱਗੀਆਂ ਤੁਸੀਂ ਰਜਾਈਆਂ ਦੀਆਂ ਪੈਕਿੰਗਾਂ ਤਾਂ ਪਹਿਲਾਂ ਦੇਖੀਆਂ ਹੋਣੀਆਂ
पर इदा के बैग के नहीं पैकिंग देखी होनी है जड़िया हूँ जो पैकिंग आ रही है रजाइया के नहीं तुम अजे तक देखी होनी इतने ये आ चुकी है। सो हम जेकर आप गल करिए भाजी हूँ भी चंगे जोर शोर के लगे हुए इन्होंने भी गलबात करते हैं। भाई जी सत श्रीकाल कि ठीक है तुम सत्या भाजी सत श्रीकाल होर सुनाओ तुम अपने वचन के पक्के है ना जे तुम्हें कहा भी 6 बजे दुकान खुलती है तो 6 बजे तुम इतने आ गए अपना काम च लग जाने अच्छ तो 6 बजे तुम लेट आए अज मैं तो लंघ रहा मैं चल आप देख लें मैं हम ठंड हो गई है भी हम शायद लेट हो जाता होना पर कमाल यह आ भी जो ही असं इतने आने इदा ही ट्रकों ट्रक इदा ही धांकों लगिया होंगे उस ही इतने इदा ही कस्टमर आए होंगे बिल्कुल जी सही गल आ सवेरे भाई रात में जो माल सील हो जाता सवेरे भी आना होंगे राति 2-3 टाइम माल आता अड्डे को हूँ जो सवेरे माल आया वो खोल लिया राति आया कि वो खाने से लग चुका है भाजी बड़ी हाहाकार जी मची है कहें भी आशीष हट्टी से जाने भी सूँ अद्धे रेटा दे सूट दे जाते हैं क्योंकि इस वेले तो वैडिंग सीजन शुरू आ आप सर्वे किया कहते 25 लाख ब्याह है इस वेले है ना भी एडा ओवर ओवर पूरे इंडिया हाँ जी एडा ओवर रश है 25 लाख बहुत हो जाता ना इंडिया के भी आप करिए वो 2-3 साल तो करोना का करके किसी का फंक्शन चाजना नहीं हुए थी हूँ फ्लैटा भी खुल चुकी हैं NRI कस्टमर भी आ चुके हैं पूरी धन धन भी हुई पी माल वालों भी हर तरह की वरायटी है इतनी इतने 250-300 शुरू हो जाता जिदा मर्जी सूट लै लो आपको जो पहले NRI आते थे तो बेचारे सोच आते भी 5-6 लाख रुपया लाना ही पैना है ना कपड़िया पर हूँ जो थोड़े को आ रहे हैं तो वह तो 2 लाख के सवा 2-2.5 लाख कर देंगे आराम ना जो NRI का बिल बनता है 2.5-3 लाख 4 लाख 5 लाख उनका 1-2 लाख सर जाता अद्धे रेटा सर जाता अज जो नवा आया मैं तो यह देखता भी जो ही आने हर रोज नवा आता नहीं तो है ना बंद हों भी एक दुकान से स्टॉक आता माल आ रिपीट तो रिपीट आ ਕੁਆਂਟਲਾਂ ਦੇ ਨਾਲ ਸੂਟ ਆਉਂਦੇ ਆ ਕੁਆਂਟਲਾਂ ਦੇ ਨਾਲ ਲੱਖਾਂ ਦੇ ਸੂਟ ਆਉਂਦਾ ਲੱਖਾਂ ਹੀ ਦੇ ਵਿਕ ਜਾਂਦਾ ਸਾਡੇ ਕੋਲ ਸ਼ੋਪਾਂ ਵਾਲੇ ਬੁਟੀਕਾਂ ਵਾਲੇ ਜਿਹੜਾ ਦੇਣ ਲੈਣ ਨੂੰ ਆ ਉਹ ਵੀ ਲੈ ਜਾਂਦੇ 250 ਦਾ ਸੂਟ ਚੁੰਨੀ ਨਾਲ ਆ 350 ਦਾ ਸੂਟ ਚੁੰਨੀ ਨਾਲ ਕਢਾਈ ਵਾਲੇ ਹੈਂਡਵਰਕ ਵੀ ਨਾਲ ਹੋਏ ਹੋਏ ਆ ਬਾਕੀ ਹੁਣ ਤਾਂ ਮੇਰੇ ਕੋਲ ਹਰ ਤਰ੍ਹਾਂ ਰੇਂਜ 250-300 ਤੋਂ ਸ਼ੁਰੂ ਹੋ ਜਾਂਦਾ ਉੱਪਰ ਮੈਂ 20 ਤੱਕ ਰੇਂਜ ਤੱਕ ਲੈ ਜਾਓ ਪਰ ਭਾਜੀ ਗੱਲ ਇਹ ਆ ਵੀ ਰੇਟ ਨਹੀਂ ਤੁਹਾਡੇ ਪੁੱਤੇ ਹੈ ਨਾ ਰੇਟ ਉੱਥੇ ਹੀ ਆ ਸੀਜ਼ਨ ਹੁਣ ਹੈਵੀ ਹੋ ਗਏ ਤਾਂ ਹੁੰਦਾ ਵੀ ਬੰਦੇ ਨੂੰ ਵੀ ਹੁਣ ਬਹੁਤ ਜ਼ਿਆਦਾ ਸੇਲ ਹੋਣੀ ਆ ਵੀ ਹੁਣ ਆਪਾਂ ਵਧਾ ਦਈਏ नहीं भाई रेट नहीं हूँ जिन्ना क्वानटिटी बढ़ी जाती उस रेट घटी जाता थोड़ा रेट घटता है जब आप अगे लेंगे 100 पीस होना 1000 पीस रेट थोड़ा उन्ना क डोन आ जाता जे NRI पहला तो बेचारे फसे थे साल साल है ना जहाज नहीं लैंड होंगे बड़े कन्फ्यूज थे भी की करिए हूँ तो जहाज भी आने लग पे है पहला ऑनलाइन शॉपिंग करते हूँ इतने आके शॉपिंग करते की कहें भी की बखरा लगा उन्होंने हूँ तो आप कहें रौनक लग चुकी है बाजार भी सज चुके हैं दुकाना भी सज चुकी हैं चारों पास रौनक लगी है ब्याह शादी रौनक आ NRI आन करके थोड़ी बहुत हलचल हो गई वधिया काम हो गया जी मैं होर भी थोड़ी जी दिखाओ ये कि आई सूट तुम 15-20 हज़ार मिलना इतने 6-7 हज़ार खत्म हो जाना पूरा सूट खोल दें मेरे को कस्टमर भी आए हुए थोड़ा टाइम लेना आप सूट भी खोल दें पूरा है कैमरा उधर घुमा दो पहला सूट दिखाने भी देख लो भी कस्टमर इदा ही सवेरे सवेरे इतने जे आने शुरू हो जाते नहीं तो दुकाना के अक्सर हों 11 बजे तो पहला कोई बढ़ता नहीं पर इतने 6:30-7-8 बजे तो जी के ਆਉਣ ਜਾਣੀ ਸ਼ੁਰੂ ਹੋ ਜਾਂਦੀ ਆ ਲੱਗਾ ਕਿ 4:30 ਵਜੇ ਦਾ ਕਿ ਬਾਜ਼ਾਰ 'ਚ ਬੈਠਾ ਜੀ ਆਪਣੀ ਗੱਡੀ ਫਿਰ ਮੈਂ ਸਾਡੇ ਮੈਨੂੰ ਕੋਈ ਫੋਨ ਆਇਆ ਸਕੂਲੀ ਗਾਰਡ ਦਾ ਫਿਰ 5 ਵਜੇ ਮੈਂ ਆ ਗਿਆ ਦੁਕਾਨ 'ਤੇ ਫਿਰ ਮੈਂ ਆ ਗਿਆ ਆਪ ਅਟੈਂਡ ਕੀਤਾ ਉਹਨਾਂ ਨੂੰ ਉਹ ਮੁੰਡੇ ਆਉਂਦੇ 6 ਵਜੇ ਉਹ 4:30 ਗਾਹਕ ਆਇਆ ਸੀ ਸਕੂਲੀ ਵਾਲਾ ਫੋਨ ਆਇਆ ਕਹਿੰਦਾ ਭਾਈ ਅੱਧਾ ਪੌਣਾ ਘੰਟਾ ਗਾਹਕ ਖੜੇ ਨੂੰ ਹੋ ਗਿਆ ਫਿਰ 5 ਵਜੇ ਮੈਂ ਪੂਰੇ ਪਹੁੰਚ ਗਿਆ 5:15 ਅੱਜ ਵੀ ਜੇ ਗੱਲ ਕਰੀਏ ਕਿੱਥੋਂ ਕਿੱਥੋਂ ਗਾਹਕ ਆ ਰਿਹਾ ਆ ਗਾਹਕ ਦਾ ਬਹੁਤ ਦੂਰੋਂ ਦੂਰੋਂ ਦਿੱਲੀ ਤੋਂ ਰਾਜਸਥਾਨ ਮੋਗਾ ਫਰੀਦਕੋਟ ਹੁਣ ਤਾਂ ਬੰਗਾ ਲੁਧਿਆਣਾ ਨੂੰ ਤਾਂ ਫੁਆੜਾ ਹੀ ਨੇੜੇ ਪੈਂਦਾ ਪਿਆ ਜਿਹੜਾ ਬੰਗੇ ਲੁਧਿਆਣੇ ਵਾਲਾ ਨਵੇਂ ਸ਼ਹਿਰ ਵਾਲਾ ਗਾਹਕ ਸੀਗਾ ਉਹ ਉੱਥੇ ਨਹੀਂ ਜਾ ਰਿਹਾ ਇੱਕ ਤਾਂ ਪਾਰਕਿੰਗ ਵਾਧੂ ਹੋ ਗਈ ਆ ਇੱਕ ਕਸਟਮਰ ਦੂਰੋਂ ਦੂਰੋਂ ਆ ਰਿਹਾ ਅਗਲਾ ਕਹਿੰਦਾ ਜੇ ਨਵੇਂ ਸ਼ਹਿਰ ਬਾਜ਼ਾਰ 'ਚ ਵੜਦੇ ਆ ਗੱਡੀਆਂ ਗੁੱਡੀਆਂ ਲਾਉਣ ਦਿੱਕਤ ਆਉਂਦੀ ਆ ਅਗਲਾ ਸਿੱਧਾ ਡਾਇਰੈਕਟ ਆ ਜਾਂਦਾ ਛੁੱਟੀ ਦੇ ਨਾਲੇ ਨੇੜੇ ਭਾਜੀ ਆ ਵੀ ਪਾਰਟੀ ਵੇਅਰ ਸੂਟ ਆਏ ਆ ਨਾ ਨਵੇਂ ਇਹ ਵੀ ਥੋੜੇ ਜਿਹਾ ਦਿਖਾ ਦਿਓ ਬਿਲਕੁਲ ਜਦ ਦੁਪੱਟੇ ਕੋਰ ਸੈਟ ਕੋਈ ਵੀ ਸੂਟ ਤੇ ਚੱਲਣਾ ਮਾਰ ਲਓ ਆ ਲਓ ਆ ਫਰਕ ਆ ਕੀ ਸੂਟ ਆ ਇਹ ਮਾਰਕੀਟ 'ਚ ਤੁਹਾਨੂੰ ਮਿਲਣਾ 7500 ਦਾ ਤੇ 3400 ਰੁਪਏ ਦਾ ਪਿਓਰ ਕਰੇਵ ਦੇ ਉੱਪਰ 3400 ਦਾ ਜੀ ਪਿਓਰ ਕਰੇਵ ਦੇ ਉੱਪਰ ਸਮੈਲ ਲੈ ਕੇ ਦੇਖ ਲਓ ਪਿਛਲੇ ਪੈਟਰੋਲ ਹੋ ਕੇ ਆਇਆ ਹੀ ਆ ਨਵਾਂ ਫਿਨਿਸ਼ਿੰਗ ਵਾਲੇ ਪੀਸ ਆ ਰੰਗ ਵੀ ਮੂੰਹੋਂ ਬੋਲਦੇ ਆ ਠੀਕ ਹੈ ਭਾਜੀ ਜਿਹੜਾ ਤੁਹਾਨੂੰ 7500-7700 ਦਾ ਬਾਜ਼ਾਰ 'ਚ ਮਿਲਣਾ ਇੱਥੇ 3-3.5 ਹਜ਼ਾਰ 'ਚ ਹੀ ਖਤਮ ਹੋ ਜਾਣਾ ਚਾਹੇ ਤੁਸੀਂ ਮੇਰੇ ਕੋਲ ਕੰਬਲ ਲੈ ਲਓ ਸੂਟ ਲੈ ਲਓ ਲਹਿੰਗੇ ਲੈ ਲਓ ਲਹਿੰਗੇ ਤਾਂ ਬਹੁਤ ਓਲਾ ਸੀ ਉਹ ਸਾਰਾ ਚੱਕ ਦਿੱਤਾ ਸੋ ਜਿਹੜੇ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦੇ ਹਨ ਜਿਹੜੇ ਕਹਿੰਦੇ ਆ ਵੀ ਆਪਾਂ ਜੁੜ ਕੇ ਕੰਮ ਕਰਨਾ ਉਹ ਕਿੱਦਾਂ ਦਾ ਇਸ ਵੇਲੇ ਰਿਸਪੌਂਸ ਆ ਰਿਹਾ ਨਵੇਂ ਜਿਹੜੇ ਕਸਟਮਰ ਮੇਰੇ ਨਾਲ ਜੁੜੇ ਹੋਏ ਸੀ ਉਹਨਾਂ ਦਾ ਬਹੁਤ ਵਧੀਆ ਰਿਸਪੌਂਸ ਆ ਰਿਹਾ ਮੈਂ ਤਾਂ ਉਹਨਾਂ ਨੂੰ ਵੀ ਹਲੇ ਵੀ ਕਹਿਣਾ ਜਿਹੜਾ ਨਵਾਂ ਕਸਟਮਰ ਜਿਹਨੇ ਕਰਨਾ ਮੈਂ ਉਹਨੂੰ ਕਹਿੰਦਾ ਥੋੜੀ ਜਿਹੀ ਨੌਲੇਜ ਲੈ ਕੇ ਆਓ ਮਹੀਨਾ 2 ਮਹੀਨੇ ਕਿਸੇ ਦੁਕਾਨ ਤੇ ਟਰਾਈ ਕਰ ਲਓ ਜਾਂ ਆਪਣਾ ਥੋੜਾ ਕਰ ਕੋਈ 2 ਮਹੀਨੇ ਦੀ ਨੌਲੇਜ ਜ਼ਰੂਰੀ ਆ ਉਹਨਾਂ ਲਈ ਮੈਂ ਨਹੀਂ ਕਹਿੰਦਾ ਮੇਰੇ ਕੋਲ ਆ ਕੇ ਡਾਇਰੈਕਟ ਹੀ ਆ ਕੇ ਲੈ ਜਾਓ ਸਿੱਧਾ ਹੀ 1-2 ਮਹੀਨੇ ਦੀ ਥੋੜਾ ਜਿਹਾ ਟ੍ਰੇਨਿੰਗ ਲੈ ਲਓ ਉਸ ਤੋਂ ਬਾਅਦ ਕੰਮ ਸ਼ੁਰੂ ਕਰੋ ਬੱਲੇ ਬੱਲੇ ਹੀ ਆ ਆ ਜਿਹੜੇ ਬਾਈ ਜੀ ਗਰਾਰੇ ਸ਼ਰਾਰੇ ਇਹਦੇ ਵਿੱਚ ਵੀ ਮੈਨੂੰ ਦੱਸੋ ਥੋੜਾ ਜਿਹਾ ਕਿੱਦਾਂ ਕਰਦਾ ਹੈਗਾ ਹੀ ਗਰਾਰਾ ਸ਼ਰਾਰਾ ਚੱਲੋ ਲੈਣ ਇਹ ਐਡਾ ਵੱਡਾ ਸਾਈਜ਼ ਤੁਹਾਨੂੰ ਕਿਤੇ ਮਿਲਣਾ ਨਹੀਂ ਜੇ ਦੁਕਾਨਦਾਰ ਕਹਿੰਦਾ ਮੈਂ ਤਿਆਰ ਕਰਾ ਦਿੰਦਾ ਇਹਦਾ ਲਹਿੰਗੇ ਦਾ ਰੇਟ ਤਾਂ ਕੀ ਆ ਸ਼ਰਾਰੇ ਗਰਾਰੇ ਦਾ ਇਹਦਾ ਬਾਜ਼ਾਰ 'ਚ ਰੇਟ ਹੈਗਾ 7500 ਰੁਪਈਆ
जे कोई मोटा बंदा कहिंदा मैं तैयार कराना नॉर्मल साइज आ, उन्होंने 12,000 रुपया तो उन्होंने बुक कर लेना, उन्होंने बना देवे बड़े साइज 12,000 रुपये, इतने मिल जाना 3600 रुपये का, चाहे रंग डिजाइन जिन्ने मर्जी। मैं सैज दे लो, एडे सैज तुम कितने नहीं मिल सकते, रेडी बड़े सैज आ, रंगा मैचिंग बहुत आ भाजी, इतने हर वरायटी हर रवाज हर वरायटी तुम होलसेल रेट से मिलना आ, यही कि जो कोई NRI आ गया उन्होंने कोड लाया होया सीधे रेट लगे हुए आ, NRI भी उही रेट आ, इंडिया वाले भी उही रेट भाई। किन्ने तो शुरू शुरुआत किन्ने तो होती 1200 रुपये तो, 1200 तो शुरू होगी उपर जिदा की चॉइस हो मर्जी, भावें 5-5, 8-8, 9-9, 10-10 जो तक ड्रेसा लै लो, हर वरायटी आ अपने को, हर वरायटी आ। ये होर भी दिखा दो एक दो भाजी, कली कली दुकान पर पे आ, रेट ट्राई कर लियो, स्क्रीनशॉट लै लियो, बाजार के मिलना है 7500 रुपये का, दुपट्टा भी है भी इतने मिल जाना भाजी 3600 रुपये का, 3600 च सैज दे लियो कि सैज भाजी, आ सैज आम शॉपा तो नहीं मिलने तो ना मिल सकते ही, इतने तुम्हें बड़े सैज मिलने, फ्रंट बैक बने आ, दुपट्टे भी है भी आ। बाकी इस चीज़ की तो आशू की हट्टी की पूरी मोनोपली हैगी है, जिहड़ा कि मोनोपली किस चीज़ की आ, रेटा की भी रेट नहीं इदा सू मिलने, दूजा जो डिजाइन आ जो साइज़ आ ना ये भी आम नहीं मिलते, तो जोड़ा भी दुकानदार वो रेगूलर जो साइज रखता भी जिमें L लो लार्ज XL XL डबल XL ट्रिपल XL तक मेरे को सैज मिल जाने, डिजाइन जिदा मर्जी लै लो, हर एक बंद इतने ख्वाहिश पूरी हो जाती है, रेटा वालों भी क्वालिटी वालों भी तो वरायटी वालों भी भाजी। जो दाई बरी वाले हैवी सूट है ना वो भी तुम काफ़ी ढेर लाया है ना, जगह मार लियो जो मर्जी डिजाइन इन्हें छाड़ लो, जो मर्जी डिजाइन इको रेट सिर्फ 500 रुपया, ये नहीं तुम एक कोई डिजाइन पसंद आ गया 600 या 650, इको डिजाइन 500 रुपये भाजी। एच ये दसो भी जरूरी है भी चार लैने पैने, भावें एक भी लै लो, एक लै लो तो भी कोई गल, मेरे को एक लैन वाला वैसे आंदा नहीं कोई, जो कोई एक ही आना उन्होंने भी 500 ही आ, जो कोई 100 लैंता उन्होंने भी 500 ही आ, जरूरी नहीं भी बजा ही लेना पैना बंडल नहीं, जो उन्होंने सिर्फ येलो रंग पसंद है ना वो कलो येलो कलर के 20 पीस लै सकता, बनोगिरी कोई नहीं, कोई बनोगिरी नहीं भी, एक लैना दो लैने इको रंग बंडल लैना पैना सैट लैना पैना ना। सो मार्केट के 1200-1200 आशू की हट्टी के 500-500 के तुम इतों लेके जा सकते, चीन का सूट चुनिया नाल चुनौन दियाँ 500 आलो घेरे बने हुए आ देन लैन, अगला ना समा के पावे तो गल करो, अगला ना समा के पावे सिर्फ 500 रुपया रेट है भाजी। आ जोड़े है भी दस माड़ी जा, ये कोई 700-800-900 हज़ार जो मर्जी सूट लै लो, उन्हें आलो खोल दें हैवी वर्क आ, बंडल बंद पे आ, रंग जिन्ने मर्जी लै लो, रंग ये घट्टो घट्ट 14-15 रंग होने, ये प्योर सिल्क का सूट आ, 1500-1600 रेंज ये भाई काम तो बड़ा होने, 1800-2000 इदा मार्केट बिक रहा सूट भाई, 2500-3000 प्लस इतने मिलना 1500-1600 का हाफ रेटा के उपर। सो यही ओला अभी चक दिता आ, जोड़ा बाजार के 2500-3000 रुपये का, इतने तू मिल जाना 1500-1600 रुपये का, यह है 500 वाला, ये 500-1500-1600 इधर जोड़ा मर्जी सूट नेगा माल लो 2000 रुपये का, जोड़ा मर्जी जोड़ा मर्जी भाजी, तुम किसी भी दुकाना चल जाओ देखो एको मेको जो थोड़ा थोड़ा फर्क हैगा, ढेर ढेर लगे ढेर ढेर जो लगे तो ढेर ढेर ये शाम तक बिक भी जाने, नहीं तो यह होंगे भी आह देखो तुम किसी दुकान पर चल जाओ 4-5 पीस इदा भी दिखाने कहना यह आ जी सिर्फ 2000 रुपये जो मर्जी, ये नहीं तुम आह डिजाइन पसंद आ गया तो रेट बढ़ा देना ना, सिर्फ 2000 रुपये जो हैवी सूट चुनिया नाल फोर साइड सगन वाला मम्मिया वास्ते बेबी पिंक कलर पहले आप खोल लिया ठीक है जी, बड़े घेरे आ दिक्कत कोई नहीं आ, चनौन दे दुपट्टे आ सिर्फ 2000 रुपये मिल जाना हैंडवर्क का पूरा हैवी पीस, ये रंग डिजाइन बहुत जिन्ने मर्जी भाजी। एक गल मैं दसो ना बाकी जिदा आह सूट होंगे ये तो थोड़े ही बिकते होंगे हरेक दुकानदार जो बहुत ज्यादा बिजी भी आ शाम तक 7-8 सूट बेच पाँगा, पर तुम सारा पद्धरा कर जाने होर भी, मेरे को एक कारीगर नहीं मेरे को किन्ने कारीगर जुड़े हुए हैं हूँ जो शाम तक माल लिया सवेरे उन्होंने फ्री ऑर्डर मिल जाता, कोई रेट सही आ, एक गाहक घरों सोच के आता मैं 4500 का मिलना, इतने उन्होंने 4000 के 2 मिल जाने, उन्हें एक थोड़ी ले जाना उन्हें 20 लैके जाने, उन्हें 15 मन मनोता जी अगले का बजट आ जाता सही। आ जो तुम्हें याद होना 4500-5000 दुकाना तो दिता, पर यह तुम 2000 तो दे जाते हैं भाई, जो मर्जी डिजाइन लै लो 2000 रुपये ये तो उपर 3000-3500-4500। देखो रंगा की तोट है ही नहीं है ना भी रंग जोड़ा भी लैना है रंग जो मर्जी कलर दुपट्टे भी है भी सूट भी है भी प्योर सिल्क के सूट आती क्वांटिटी क्वांटिटी कारीगर रात दिन लगे हुए अगला कहता 8-10 पीस नहीं जिन्ने रेडी होए उत्थे सड़ जाओ पैसे चुको माल लै जाओ जिन्ना मर्जी आ लो वेट ही बहुत है बहुत सोहनिया फुलकारियां यही तुम भी अच 3500-4000 रुपये रेट आ इतने 1500-1800-2000 स्टार्टिंग हाँ मैं यही कहने लगा यह 1500-1800 आ पर इतने अनलिमिटेड है फुलकारियां तुम चाहते हो भी आप 500 की लेनी 600 लेनी वो भी इतने हैगी हूँ मैं एक होर सुनेहा लाना चाहता जरूरी है कि मेरे को सस्ती वरायटी आ
ਤੁਸੀਂ ਰੋਇਲ ਲੁੱਕ ਸੂਟ ਲੈਣੇ ਆ ਜਿੱਦਾਂ ਦੇ ਮਰਜ਼ੀ ਲੈ ਲਓ ਬਾਜ਼ਾਰ ਦੇ ਵਿੱਚੋਂ 50% ਡਿਸਕਾਊਂਟ ਦੇ ਵਿੱਚ ਆਸ਼ੂ ਜੱਟੀ ਤੋਂ। ਜਿਵੇਂ ਤੁਹਾਨੂੰ ਉਹ ਸੂਟ ਦਿਖਾਏ ਸੀਗੇ ਬਈ ਜਿਹੜਾ 15,000 ਦਾ ਸੂਟ ਆ ਨਾ ਬਾਹਰ ਮਿਲਦਾ ਇੱਥੇ ਤੁਹਾਨੂੰ 7,000-8,000 ਇੰਨੇ ਕੁ ਦੇ ਵਿੱਚ ਮਿਲ ਜਾਣਾ। ਇੱਦਾਂ ਨਹੀਂ ਹੈਗਾ ਵੀ ਆਸ਼ੂ ਦੀ ਹੱਟੀ ਕੋਲ 250 ਸੂਟ ਆ, 350 ਜਾਂ 500 ਵਾਲਾ। ਆਸ਼ੂ ਦੀ ਹੱਟੀ ਕੋਲ 10,000 ਦਾ ਸੂਟ ਵੀ ਹੈਗਾ, 15,000 ਦਾ ਸੂਟ ਵੀ ਹੈਗਾ, 20,000 ਦਾ ਵੀ ਹੈਗਾ। ਮਤਲਬ ਚੁਆਇਸ ਤੁਹਾਡੀ ਹੋਣੀ ਚਾਹੀਦੀ ਵੀ ਤੁਸੀਂ ਚਾਹੁੰਦੇ ਜਿੱਦਾਂ ਦੇ ਮਰਜ਼ੀ। ਖਾਸ ਤੌਰ ਜਿਹੜੇ NRI ਹੈਗੇ ਆ ਜਾਂ ਜਿਹੜੇ ਰੋਇਲ ਕਸਟਮਰ ਹੈਗੇ ਜਾਂ ਜਿਹੜੇ ਕਹਿੰਦੇ ਵੀ ਆਪਾਂ ਦਿੱਲੀ ਬੰਬੇ ਵਾਲੇ ਵੀ ਅਸੀਂ ਤਾਂ ਲੈਣਾ ਹੀ ਵਧੀਆ ਵਧੀਆ ਚੀਜ਼ਾਂ, ਤੁਹਾਡੇ ਵੀ ਫਾਇਦੇ ਹੈਗੇ ਆ। ਅਸੀਂ ਤਾਂ ਉਹਨਾਂ ਨੂੰ ਵੀ ਸਸਤੇ ਕਹਾਂਗੇ, ਸਸਤਾ ਕਿਉਂ ਕਹਿੰਦੇ ਹਾਂ, ਜਿਹੜਾ ਹੋਰ ਸ਼ੋਰੂਮ 'ਚ ਤੁਹਾਨੂੰ ਮਹਿੰਗਾ ਮਿਲਦਾ 15,000 ਦਾ, ਇੱਥੇ ਤੁਹਾਨੂੰ ਮਿਲਦਾ 7-8,000 ਦਾ, ਮਤਲਬ ਉਸੇ ਰੇਟਾਂ ਦੇ ਵਿੱਚ ਤੁਹਾਨੂੰ ਮਿਲ ਜਾਂਦੇ ਨਾ। ਇਸ ਲਈ ਹਰ ਇੱਕ ਕਸਟਮਰ ਲਈ, ਚਾਹੇ ਤੁਸੀਂ ਮਿਡਲ ਕਲਾਸ ਆ, ਚਾਹੇ ਤੁਸੀਂ ਰੋਇਲ ਫੈਮਿਲੀ 'ਚ ਹੈਗੇ, ਜਿੱਦਾਂ ਦੀ ਹੈਗੇ ਆ, ਤੁਹਾਨੂੰ ਚੁਆਇਸ ਤੁਹਾਡੀ ਹਰ ਤਰ੍ਹਾਂ ਦੀ ਮਿਲ ਜਾਂਦੀ ਆ। ਸੋ ਬਾਕੀ ਹੁਣ ਭਾਅ ਜੀ ਹੁਣਾਂ ਦਾ ਆਪਾਂ ਗੱਲ ਕਰ ਲਈਏ, ਜਿਹੜੇ ਇੱਥੇ ਕਸਟਮਰ ਆਏ ਹੋਏ ਆ ਉਹਨਾਂ ਦਾ ਵੀ ਗੱਲਬਾਤ ਕਰਦੇ ਹਾਂ, ਪੁੱਛਦੇ ਹਾਂ ਵੀ ਕਿੱਥੋਂ ਕਿੱਥੋਂ ਆਏ ਹੈਗੇ ਆ, ਕਿੱਦਾਂ ਦੇ ਉਹਨਾਂ ਨੂੰ ਵਰਾਇਟੀ ਲੱਗਦੀ ਆ, ਕਿੱਦਾਂ ਦੇ ਪ੍ਰਾਈਜ਼ ਹੁਣ ਆਪਾਂ ਉਹਨਾਂ ਨੂੰ ਵੀ ਗੱਲਬਾਤ ਕਰਦੇ ਹਾਂ। ਬੇਬੇ ਕਿੱਥੋਂ ਆਏ ਤੁਸੀਂ? ਅਸੀਂ ਫਰੀਦਕੋਟ ਦੇ ਨਾਲ ਪਿੰਡ ਗੋਲੇ ਵਾਲਾ ਉੱਥੋਂ ਆਏ ਹਾਂ ਜੀ। ਕਿੰਨੇ ਵਜੇ ਤੁਰੇ ਸੀ ਸਵੇਰ ਤੋਂ ਤੁਸੀਂ? ਸਵੇਰੇ ਅਸੀਂ 5 ਵਜੇ ਤੁਰੇ ਸੀ ਅਤੇ ਇੱਥੇ ਆਪਾਂ ਕਿੰਨੇ ਵਜੇ ਆਏ? 8 ਵਜੇ ਇੱਥੇ ਆ ਗਏ ਜੀ। ਅੱਛਾ, 3 ਘੰਟੇ ਤੁਸੀਂ ਇੰਨੀ ਅਰਲੀ ਆਉਣਾ ਪੈਗਾ, ਥੋੜ੍ਹਾ ਅੱਟ ਕੇ ਜਾਂਦੇ? ਸਾਨੂੰ ਐਂ ਸੀ ਵੀ ਥੋੜ੍ਹਾ ਜਿਹਾ ਵੀ ਉਦੋਂ ਦੁਕਾਨ ਫਰੀ ਹੋਣਗੇ, ਸਾਨੂੰ ਛੇਤੀ ਸਮਾਨ ਮਿਲ ਜੂਗਾ, ਮੁੜ ਕੇ ਰਸ਼ ਜ਼ਿਆਦਾ ਪੈਣ ਲੱਗ ਜਾਂਦਾ। ਤੁਹਾਨੂੰ ਪਤਾ ਸੀ ਵੀ ਇੰਨੀ ਛੇਤੀ ਖੁੱਲ ਜਾਣੀ ਦੁਕਾਨ? ਸਾਨੂੰ ਪਤਾ ਸੀ, ਫੋਨ 'ਤੇ ਰੋਜ਼ ਵੇਖਦੇ ਰਹਿੰਦੇ ਹਾਂ ਵੀਡੀਓ। ਤੁਸੀਂ ਵੈਸੇ ਸ਼ੋਪਿੰਗ ਕਰਦੇ ਹੋਣੇ, ਹੋਰ ਵੀ ਦੁਕਾਨਾਂ ਦੇ ਸ਼ੋਰੂਮਾਂ ਜਾਂਦੇ, ਕਿੰਨਾ ਕੁ ਫਰਕ ਲੱਗਦਾ ਤੁਹਾਨੂੰ? ਬਹੁਤ ਫਰਕ ਹੈ ਜੀ, ਕਿੰਨਾ ਟਾਈਮ ਤੋਂ ਨਾ ਵੇਖ ਰਹੇ ਹਾਂ ਅਸੀਂ, ਮਤਲਬ 1 ਸਾਲ ਹੀ ਹੋ ਗਿਆ ਤੁਹਾਡੇ ਮਤਲਬ ਇਹ ਚੀਜ਼ ਨੂੰ ਦੇਖਦਿਆਂ ਨੂੰ, ਤਾਂ ਸਾਨੂੰ ਵਧੀਆ ਲੱਗ ਰਿਹਾ ਸੀਗਾ ਕਿ ਇੱਥੇ ਜਾਣਾ ਚਾਹੀਦਾ ਆ, ਸਮਾਨ ਲੈਣਾ ਚਾਹੀਦਾ, ਇੱਥੋਂ ਸੂਟ ਲੈਣੇ ਚਾਹੀਦੇ ਨੇ। ਕਿੰਨੇ ਸ਼ੋਪਿੰਗ ਕਰਨ ਦਾ ਮਨ ਹੈਗਾ ਤੁਹਾਡਾ ਅੱਜ? ਕੀ ਖਰੀਦਣਾ ਆ? ਸ਼ੋਪਿੰਗ ਇੱਥੇ ਕਰਨੀ ਅਸੀਂ ਮੈਰਿਜ ਦੇ, ਸਾਰੇ ਜੋ ਕੱਪੜੇ ਦੇਣ ਲੈਣ ਵਾਲੇ ਆ ਜਾਂ ਕਿਸੇ ਨੂੰ ਵੀ ਦੇਣੇ ਆ, ਸਾਰੇ ਇੱਥੋਂ ਹੀ ਲੈਣੇ ਆ। ਦਾਜਵੀਰ ਦੇ ਕੱਪੜੇ ਵਿਆਹ ਦੇ ਲੈਣਾ? ਹਾਂਜੀ, ਵਿਆਹ ਦੇ ਲੈਣਾ ਆ, ਉਹ ਬੇਟੀ ਦਾ ਵਿਆਹ। ਤੁਹਾਨੂੰ ਕਿੱਦਾਂ ਲੱਗਾ ਇੱਥੇ, ਤੁਸੀਂ ਵੀ ਸਾਰਾ ਦੇਖ ਰਹੇ ਸੀਗੇ? ਹਾਂਜੀ, ਬਹੁਤ ਵਧੀਆ ਆ, ਇਹਨਾਂ ਦੀ ਕਲੈਕਸ਼ਨ ਵੀ ਬਹੁਤ ਸੋਹਣੀ ਆ ਔਰ ਵਰਾਇਟੀ ਵੀ ਬਹੁਤ ਆ ਇਹਨਾਂ ਕੋਲ, ਅਤੇ ਸਾਡੀ ਇਹ ਹੈ ਮੰਨ ਕੇ ਅਸੀਂ ਆਲਮੋਸਟ ਇੱਥੋਂ ਹੀ ਕਰਕੇ ਜਾਈਏ ਸਾਰਾ। ਹਮੇਸ਼ਾ ਇਹ ਵੀ ਹੁੰਦਾ ਨਾ ਵੀ ਆਪਾਂ ਵਰਾਇਟੀ ਤਾਂ ਲੈਣ ਆਏ ਹਾਂ, ਵੀ ਰੇਟ ਵੀ ਜਾਇਜ਼ ਹੋਣ, ਕੁਛ ਪਤਾ ਕੀਤਾ ਵੀ ਕਿੰਨਾ ਕੁ ਫਰਕ ਆ? ਫਰਕ ਤਾਂ ਬਹੁਤ ਹੈਗਾ, ਵੈਸੇ ਆਮ ਸ਼ੋਪਸ 'ਤੇ ਜਾਂਦੇ ਹਾਂ ਤਾਂ ਕੋਸਟ ਬਹੁਤ ਹਾਈ ਹੁੰਦੀ ਹੈ ਵੈਸੇ, ਬਟ ਇੱਥੇ ਜੈਨੂਅਨ ਰੇਟ ਦੇ ਵਿੱਚ ਵਧੀਆ, ਮਤਲਬ ਸਟੱਫ ਵੀ ਵਧੀਆ ਮਿਲ ਰਿਹਾ, ਪ੍ਰਿੰਟਸ ਵੀ ਵਧੀਆ, ਵਰਾਇਟੀ ਸਾਨੂੰ ਵਧੀਆ ਮਿਲ। ਅਸੀਂ ਵੀ ਕਹਿੰਦੇ ਹੁੰਦੇ ਵੀ ਤੁਹਾਡਾ ਟਾਈਮ ਨਹੀਂ ਵੇਸਟ ਕਰਾਂਗੇ, ਥੋੜ੍ਹੇ ਟਾਈਮ ਦੇ ਵਿੱਚ ਤੁਹਾਨੂੰ ਕਰਾ ਦਾਂਗੇ। ਵਧੀਆ ਵਧੀਆ ਕਲੈਕਸ਼ਨ ਦਿਖਾ ਰਹੇ ਆ, ਕੁਛ ਇੱਦਾਂ ਦਾ ਰਫ ਨਹੀਂ ਦਿਖਾ ਰਹੇ, ਅਤੇ ਡੀਲ ਵੀ ਵਧੀਆ ਕਰ ਰਹੇ ਆ ਸਾਰੇ, ਵੀ ਕਰ ਲਏ ਹੋਏ ਕੁਛ ਸੂਟ ਅਸੀਂ, ਸਾਨੂੰ ਮਤਲਬ ਵਧੀਆ ਮਿਲ ਰਹੇ ਆ। ਕਿੰਨੇ ਟਾਈਮ 'ਚ ਕਿੰਨੇ ਕੁ ਸੂਟ ਲੈ ਚੁੱਕੇ ਆ? ਅਸੀਂ 8-9 ਸੂਟ ਲੈ ਲਏ ਆ, ਜਿਹਦੇ 15-20 ਮਿੰਟ 8-9 ਸੂਟ ਲੈ ਲਏ ਆ। ਸੋ ਇਹੀ ਗੱਲ ਆ ਵੀ ਇੱਥੇ ਕਹਿੰਦੇ ਆ ਵੀ ਥੋੜ੍ਹੇ ਟਾਈਮ ਦੇ ਵਿੱਚ ਵਧੀਆ ਕਲੈਕਸ਼ਨ ਮਿਲ ਜਾਂਦੀ ਆ, ਪ੍ਰਾਈਜ਼ ਵੀ ਬੜੇ ਜਾਇਜ਼ ਆ, ਇਸ ਕਰਕੇ ਲੋਕ ਦੂਰੋਂ ਦੂਰੋਂ ਆਉਂਦੇ ਹੈਗੇ ਆ। ਭਾਜੀ ਤੁਸੀਂ ਕਿੱਥੋਂ ਆਏ ਹੋ? ਕਪੂਰਥਲੇ ਤੋਂ ਜੀ। ਅੱਜ ਪਹਿਲੀ ਵਾਰੀ ਕਿ ਪਹਿਲਾਂ ਵੀ ਆਏ ਤੁਸੀਂ? ਨਹੀਂ, ਪਹਿਲਾਂ ਵੀ 2-3 ਵਾਰੀ ਆਏ ਹਾਂ, ਥਰਡ ਟਾਈਮ ਆਏ ਅੱਜ। ਅਤੇ ਹੋਰ ਵੀ ਤੁਸੀਂ ਦੁਕਾਨਾਂ 'ਤੇ ਕੀਤਾ ਹੋਣਾ ਟਰਾਈ ਹੈ ਨਾ, ਬੀਬੀਆਂ ਨਾਲ ਜਾਂਦੇ ਹੋਣੇ ਆ, ਸੋ ਕਿੱਥੇ ਕਿੱਥੇ ਗਏ ਸੀ ਪਹਿਲਾਂ ਅਤੇ ਕਿੱਦਾਂ ਦਾ ਲੱਗ ਰਿਹਾ ਇੱਥੇ? ਮੇਨ ਤਾਂ ਕਪੂਰਥਲੇ ਅਸੀਂ ਗਏ ਸੀ, ਉੱਥੋਂ ਵੀ ਦੇਖੇ ਦੇਖੇ ਲੈ ਚੈੱਕ ਕੀਤੇ ਆ, ਬਟ ਉਹਨਾਂ ਦੇ ਕੰਪੈਰੀਜ਼ਨ ਇੱਥੇ ਬੈਟਰ ਹੈ। 8 ਵਜੇ ਤੁਸੀਂ ਮੇਲਾ ਤਾਂ ਆ ਗਏ ਸੀਗੇ ਨਾ, ਅਤੇ ਦੁਕਾਨਾਂ ਤਾਂ ਖੁੱਲਦੀਆਂ ਬਾਜ਼ਾਰਾਂ ਦੇ ਵਿੱਚ 11-11 ਵਜੇ 10-10 ਵਜੇ, ਪਤਾ ਸੀ ਵੀ ਇੰਨੀ ਛੇਤੀ ਖੁੱਲ ਜਾਂਦੀ ਸ਼ੋਪ? ਪਹਿਲਾਂ ਪਤਾ ਸੀ, ਦੱਸਿਆ ਸੀ ਇਹਨਾਂ ਨੇ ਥੋੜ੍ਹਾ ਜਿਹਾ, ਕਿਉਂਕਿ ਉਸ ਤੋਂ ਬਾਅਦ ਰਸ਼ ਵੀ ਕਾਫੀ ਪੈ ਜਾਂਦਾ ਹੈ, ਇਸ ਕਰਕੇ ਮੋਰਨਿੰਗ ਟਾਈਮ ਬੈਟਰ ਆ, ਵੀ ਵਰਾਇਟੀ ਜ਼ਿਆਦਾ ਮਿਲ ਜਾਂਦੀ, ਬਾਅਦ 'ਚ ਫਿਰ ਰਸ਼ ਜ਼ਿਆਦਾ ਪੈ ਜਾਂਦਾ ਸਿਰ 'ਤੇ ਪਹਿਲਾਂ ਆਏ ਅਰਲੀ। ਤੁਹਾਨੂੰ ਇੱਥੇ ਦੀ ਵਰਾਇਟੀ ਕਿੱਦਾਂ ਲੱਗੀ ਆ, ਤੁਸੀਂ ਆਏ ਹੋਣੇ ਪਹਿਲਾਂ ਵੀ ਦੇਖਦੇ ਹੋਣੇ ਸਾਰਾ? ਹਜੇ ਦੇਖਦੇ ਪਏ, ਵਧੀਆ ਆ। ਹਾਂਜੀ, ਤੁਹਾਨੂੰ ਕਿੱਦਾਂ ਦੀ ਵਰਾਇਟੀ ਲੱਗੀ, ਤੁਸੀਂ ਸਾਰੀਆਂ ਦੁਕਾਨਾਂ 'ਤੇ ਪਹਿਲਾਂ ਵੀ ਜਾ ਕੇ ਸਰਵੇ ਕੀਤਾ ਹੋਣਾ, ਵਰਾਇਟੀ ਦੇ ਪ੍ਰਾਈਜ਼ ਕਿੱਦਾਂ ਲੱਗੇ? ਹਾਂਜੀ, ਹਜੇ ਤਾਂ ਸ਼ੁਰੂਆਤ ਹੀ ਕੀਤੀ ਹੈ, ਹੁਣ ਦੇਖਦੇ ਹਾਂ, ਵਧੀਆ ਆ। ਹਾਂਜੀ, ਹਜੇ ਤਾਂ ਆਏ ਹੀ ਆ ਹੁਣੇ। ਭਾਅ ਜੀ ਕਿੱਥੇ ਕਿੱਥੇ ਪਹਿਲਾਂ ਤੁਹਾਨੂੰ ਵੀ ਤੁਸੀਂ ਨਾਲ ਆਏ ਹੋ, ਕਿੱਦਾਂ ਲੱਗ ਰਿਹਾ ਤੁਹਾਨੂੰ? ਅਸੀਂ ਜਰਮਨ 'ਚ ਤੁਹਾਡੇ ਦੇਖਦੇ, ਮਸ਼ਹੂਰੀ ਬਹੁਤ ਚੱਲਦੀ ਹੁੰਦੀ ਸੀ, ਅਤੇ ਬੀਬੀਆਂ ਰੋਜ਼ ਕੱਢ ਕੇ ਵੇਖਦੀਆਂ ਰਹਿਣਾ, ਅਸੀਂ ਆਹ 'ਚ ਏਸ਼ੋ ਦੀ ਹੱਟੀ 'ਤੇ ਜਾਣਾ, ਮੈਨੂੰ ਬਹੁਤ ਸ਼ੌਂਕ ਸੀਗਾ, ਮੈਂ ਇੱਕ ਵਾਰੀ ਜਾ ਕੇ ਦੇਖ ਕੇ ਆਉਣਾ ਉੱਥੇ ਕਿੱਦਾਂ ਦਾ। ਤੁਸੀਂ ਜਰਮਨ ਤੋਂ ਆ ਕੇ ਹੁਣ ਅੱਜ ਪਹਿਲੀ ਰਹੇ ਕਿ ਪਹਿਲਾਂ? ਹਾਂਜੀ, ਪਹਿਲੀ ਰਹੇ ਹਾਂ, ਦੇਖ ਅੱਜ ਦੇਖਣ ਆਏ ਵੀ ਕੀ ਹੈਗਾ ਨਾ। ਹਾਂਜੀ, ਤੁਹਾਡੀ ਮਸ਼ਹੂਰੀ ਦੇਖਦੇ ਹੁੰਦੇ ਹਰ ਵਾਰੀ ਯੂਟਿਊਬ 'ਤੇ, ਜਿੱਦਾਂ ਫੇਸਬੁੱਕ 'ਤੇ ਆਉਂਦੇ ਹੁੰਦੇ, ਉਹ ਦੇਖ ਕੇ ਆਉਂਦੇ, ਪਹਿਲੇ ਦੇਖਣਾ। ਮੈਡਮ ਤੁਹਾਨੂੰ ਤਾਂ ਜ਼ਿਆਦਾ ਪਤਾ ਲੱਗਦਾ ਹੋਣਾ ਵੀ ਕਿੰਨਾ ਡਿਫਰੈਂਸ ਹੈਗਾ ਵਰਾਇਟੀ 'ਚ, ਕਿੱਦਾਂ ਲੱਗਾ ਤੁਹਾਨੂੰ? ਵਧੀਆ ਆ, ਹਜੇ ਦੇਖਦੇ ਹਾਂ, ਪਸੰਦ ਆਊਗਾ ਤਾਂ ਸਹੀ ਆ। ਬਾਈ ਜੀ ਤੁਸੀਂ ਕਿੱਥੋਂ ਆਏ ਹੋ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਪ੍ਰਗਟ ਸਿੰਘ, ਅਸੀਂ ਥਰੂਏ ਤੋਂ ਆਏ ਹਾਂ ਜੀ, ਖਨੌਰੀ ਕੋਲ ਪਿੰਡ ਹੈ ਜੀ ਸਾਡਾ। ਪੰਜਾਬ ਦਾ
ਤੇ ਇਹ ਆਪਣੇ ਭਾਜੀ ਹਰਨ ਨੇ ਪਹਿਲਾਂ ਇੱਥੋਂ ਸ਼ੋਪਿੰਗ ਕੀਤੀ ਤਿੰਨ ਵਾਰੀ ਤਿੰਨ ਭੈਣ ਭਰਾ ਸੀ ਇਹ ਅਤੇ ਸਾਡੇ ਲਾਸਟ ਈਅਰ ਦੋ ਮੈਰਿਜ ਸੀ ਲਾਸਟ ਈਅਰ ਅਤੇ ਇਹ ਭਾਜੀ ਹਰੀ ਇੱਥੋਂ ਲੈ ਕੇ ਗਏ ਨੇ ਕੱਪੜੇ ਅਤੇ ਇਹਨਾਂ ਨਾਲ ਹੀ ਮੇਰੀ ਗੱਲ ਹੋਈ ਸੀ ਅਤੇ ਇਹਨਾਂ ਨੇ ਸਾਨੂੰ ਆਖਿਆ ਵੀ ਇੱਕ ਵਾਰੀ ਉੱਥੇ ਵੀ ਟਰਾਈ ਕਰ ਲਓ ਵੀ ਵਰਾਇਟੀ ਵਗੈਰਾ ਵਧੀਆ ਮਿਲਦੀ ਉੱਥੇ ਅਤੇ ਪ੍ਰਾਈਜ਼ ਵੀ ਰੀਜ਼ਨੇਬਲ ਜਿੰਨਾ ਕੋਈ 5 ਵਜੇ ਤੁਸੀਂ ਤੁਰ ਪਏ ਹੋ 8 ਵਜੇ ਮੇਰੇ ਖਿਆਲ ਤੁਸੀਂ ਇੱਥੇ ਪਹੁੰਚੋ ਤੁਹਾਨੂੰ ਪਤਾ ਸੀ ਵੀ ਸ਼ੋਪ ਖੁੱਲ੍ਹੀ 8 ਵਜੇ ਨਹੀਂ ਹਾਂ ਉਹ ਲਾਸਟ ਤੋਂ ਦੱਸਿਆ ਵੀ ਪਿਛਲੇ ਸਾਲ ਨੰਬਰ ਲੈ ਕੇ ਗਿਆ ਸੀ ਇਹਨਾਂ ਦੇ ਜਿਹੜਾ ਬੰਦੇ ਨੇ ਕਾਊਂਟਰ 'ਤੇ ਅਤੇ ਉਹਦੇ ਨਾਲ ਕੱਲ੍ਹ ਕੰਸਲਟ ਕਰ ਲਿਆ ਸੀ ਬੇਸਿਕਲੀ ਮੈਂ ਵੀ ਗੁੜਗਾਉਂ ਰਹਿੰਦਾ ਮੈਂ ਰਾਤੀ 10 ਵਜੇ ਉੱਥੋਂ ਆਇਆ ਸਵੇਰੇ 4 ਵਜੇ ਉੱਠ ਕੇ ਹੁਣ ਇੱਧਰ ਆਇਆ ਅਤੇ ਮੈਂ ਮੰਡੇ ਫਿਰ ਵਾਪਸ ਜਾਣਾ ਕੰਮ 'ਤੇ ਅਤੇ ਉਹ ਫਿਰ ਕੱਲ੍ਹ ਲਾਈਨਅਪ ਕਰ ਲਿਆ ਸੀ ਸਾਰਾ ਵੀ ਅਸੀਂ ਸਵੇਰੇ ਕਿੰਨੇ ਕੁ ਵਜੇ ਤੱਕ ਆਈਏ ਅਤੇ ਉਹਨੇ ਆਖਿਆ ਸੀ ਵੀ 7:30 ਵਜੇ ਤੱਕ ਭਾਅ ਜੀ ਪਹੁੰਚ ਜਿਓ ਜੇਕਰ ਛੇਤੀ ਆਉਣਾ ਚਾਹੁੰਦੇ ਹੋ ਭਾਜੀ ਕਿੰਨੀ ਵਾਰੀ ਆਏ ਤੁਸੀਂ ਪਹਿਲਾਂ ਮੈਂ ਭਾਅ ਜੀ 3 ਵਾਰੀ ਆ ਚੁੱਕਿਆ ਪਹਿਲਾਂ ਜੀ ਅਤੇ ਲੱਗਦਾ ਇੱਥੇ ਬੀਬੀਆਂ ਨਾਲ ਨਹੀਂ ਤਾਂ ਉੱਦਾਂ ਹੁੰਦਾ ਵੀ ਬੀਬੀਆਂ ਕੱਪੜੇ ਖਰੀਦੀਆਂ ਬੰਦੇ ਬੋਰ ਹੋ ਜਾਂਦੇ ਪਰ ਤੁਸੀਂ ਬੜੇ ਮੌਜ ਨਾਲ ਬੈਠੇ ਹਾਂ ਫੋਨ ਫੁੱਲ ਚਾਰਜ ਕਰਕੇ ਲਏ ਹਾਂ ਉਹ ਪਰਾਂ ਲੱਗੀਆਂ ਨੇ ਬੀਬੀਆਂ ਆਪਣੇ ਕੰਮ ਅਸੀਂ ਆਪਣੇ ਕੰਮ ਲੱਗੇ ਹਾਂ ਜੀ ਮੈਂ ਫੋਨ 'ਤੇ ਲੱਗੇ ਨੇ ਬਈ ਟਾਈਮ ਪਾਸ ਤੁਹਾਨੂੰ ਪਹਿਲਾਂ ਵੀ ਤੁਸੀਂ 2-3 ਵਾਰੀ ਆਏ ਆ ਕਿੰਨੀ ਕੁ ਸ਼ੋਪਿੰਗ ਪਹਿਲਾਂ ਕੀਤੀ ਸੀਗੀ ਪਹਿਲਾਂ ਭਾਅ ਜੀ 3 ਵਿਆਹਾਂ ਦੀ ਕੀਤੀ ਹੋਈ ਜੀ ਪਹਿਲਾਂ ਆਸ਼ੂ ਦੀ ਹੱਟੀ ਤੋਂ 3 ਵਿਆਹ ਕੀਤੇ ਆ ਹਾਂਜੀ 3 ਵਿਆਹ ਆਸ਼ੂ ਦੀ ਹੱਟੀ ਤੋਂ ਕੀਤੇ ਨੇ ਭਾਅ ਜੀ ਹਾਂਜੀ ਇੱਦਾਂ ਪਰਿਵਾਰਾਂ ਦੇ ਪਰਿਵਾਰ ਜਿਹੜੇ ਫੈਮਿਲੀ ਨੇ ਫੈਮਿਲੀਆਂ ਜੁੜੀਆਂ ਸੋ ਕਹਿੰਦੇ ਆ ਵੀ ਬਾਈ ਜੂਨੀਤ ਵੀ 3 ਵਿਆਹ ਆ 3 ਵਿਆਹ ਆਸ਼ੂ ਦੀ ਹੱਟੀ ਸ਼ੋਪਿੰਗ ਕੀਤੀ ਸੀ ਬਾਈ ਜੀ ਕਿਉਂ ਕੀਤੀ ਸੀ ਵੈਸੇ ਪੰਜਾਬ ਵਿੱਚ ਇੰਨੀਆਂ ਦੁਕਾਨਾਂ ਇੰਨੇ ਸ਼ੋਰੂਮ ਆ ਬਾਈ ਔਨਲਾਈਨ ਦੇਖਿਆ ਸੀ ਬਾਈ ਨੂੰ ਫੇਸਬੁੱਕ ਤੇ ਐਡ ਕੀਤੀ ਉਹਨੇ ਫਿਰ ਪਰਿਵਾਰ ਕਹਿੰਦਾ ਵੀ ਜਾ ਕੇ ਆਨੇ ਉੱਥੇ ਤੇ ਫਿਰ ਅਸੀਂ ਫਿਰ ਆ ਗਏ ਸੀ ਇੱਥੇ ਫਰਕ ਹੈਗਾ ਪੈਸਿਆਂ ਦਾ ਬਚਤ ਹੁੰਦੀ ਆ ਹਾਂ ਬਚਤ ਹੁੰਦੀ ਬਾਈ ਜੀ ਹੈਗੀ ਬਚਤ ਬਾਈ ਜੀ ਤੇ ਸੂਟ ਹੀ ਵਧੀਆ ਡਿਜ਼ਾਈਨ ਵੀ ਵਧੀਆ ਕੁਆਲਿਟੀ ਵਧੀਆ ਨਵੇਂ ਹਰ ਇੱਕ ਬਾਈ ਕੋਲ ਫਸਟ ਆਉਂਦੀ ਪਹਿਲਾਂ ਸੋ ਇਹ ਤਾਂ ਜਿਹੜੇ ਇੱਥੇ ਇਹਨਾਂ ਦੇ ਕਸਟਮਰ ਆਏ ਹੋਏ ਤੁਸੀਂ ਦੇਖ ਲਓ ਵੀ ਕਿੰਨੀ ਦੂਰੋਂ ਦੂਰੋਂ ਆਏ ਆ ਨਾ 5-5 ਵਜੇ ਦੇ ਸਵੇਰ ਦੇ ਤੁਰੇ ਆ ਅਤੇ ਕਾਫੀ ਖੁਸ਼ ਹੈਗੇ ਆ ਸੋ ਇਸ ਲਈ ਆਪਾਂ ਤੁਹਾਨੂੰ ਕਹਿੰਦੇ ਹਾਂ ਵੀ ਤੁਸੀਂ ਵੀ ਇੱਥੇ ਆਓ ਪੰਜਾਬ ਦੀ ਸਭ ਤੋਂ ਮਸ਼ਹੂਰ ਹੱਟੀ ਆਸ਼ੂ ਦੀ ਹੱਟੀ ਆ ਜਿਹੜੀ ਅਰਲੀ ਮਾਰਨਿੰਗ 6 ਵਜੇ ਦੁਕਾਨ ਖੁੱਲ੍ਹ ਜਾਂਦੀ ਆ ਅਤੇ ਲੋਕ ਉਸੇ ਵਕਤ ਇੱਥੇ ਆਉਣੇ ਸ਼ੁਰੂ ਹੋ ਜਾਂਦੇ ਆ ਕੋਈ 5 ਵਜੇ ਘਰੋਂ ਤੋਰਿਆ ਕੋਈ 4:30 ਤੋਰਿਆ ਅਤੇ 7:30-8 ਵਜੇ ਇੱਥੇ ਪਹੁੰਚ ਜਾਂਦੇ ਆ ਅਤੇ ਲੋਕਾਂ ਦੇ ਫਾਇਦੇ ਹੋ ਰਹੇ ਹੁਣ ਆਪਾਂ ਤੁਹਾਨੂੰ ਹੋਰ ਵੀ ਵਰਾਇਟੀ ਦਿਖਾਉਂਦੇ ਹਾਂ ਜਿਵੇਂ ਕੰਬਲ ਰਜਾਈਆਂ ਉਹਦੇ ਵਿੱਚ ਵੀ ਦਿਖਾਉਂਦੇ ਹਾਂ ਕਿਹੜੀ ਕਿਹੜੀ ਇੱਥੇ ਵਰਾਇਟੀ ਅਤੇ ਕਿੱਦਾਂ ਦੇ ਪ੍ਰਾਈਜ਼ ਹੈਗੇ ਆ ਭਾਅ ਜੀ ਕੰਬਲ ਅੱਜ ਵੀ ਉਸੇ ਰੇਟਾਂ ਦੇ ਆ ਕਿ ਵੱਧ ਗਿਆ ਉਹੀ ਰੇਟ ਆ ਨਾ ਵਧਣਾ ਅਤੇ ਨਾ ਵਧਣ ਦੇਣਾ ਹੀ ਆ ਉਹ ਕੁਆਂਟਿਟੀ ਬਹੁਤ ਆ ਜਾਂਦੀ ਆ ਅੱਗੇ ਆਉਂਦਾ ਟੈਂਪੂ ਭਰ ਭਰ ਕੇ ਹੁਣ ਆਉਂਦੇ ਟਰੱਕ ਭਰ ਭਰ ਕੇ ਕਹਿੰਦੇ ਗਰਮੀਆਂ ਦੇ ਵਿੱਚ ਟਰੱਕ ਭਰ ਭਰ ਕੇ ਬੁੱਕ ਕੀਤੇ ਸੀ ਉਹ ਦੇ ਵਿਕਿਆ ਭਾਈ ਬਹੁਤ ਹੁਣ ਮਨ ਮਨੋਤਾਂ ਵਾਲਾ ਸੂਟ ਗਾਹ ਆਉਂਦਾ ਮੇਰੇ ਕੋਲ ਮੰਨ ਲਓ ਇੱਧਰੋਂ ਆਉਂਦਾ ਜੰਮੂ ਤੋਂ ਗਾਹ ਆਉਂਦਾ ਉਹਨਾਂ ਦੇ ਇੱਕ ਫੈਸ਼ਨ ਆ ਕਿ ਸੂਟ ਦੇ ਨਾਲ ਕੰਬਲ ਵੀ ਲਾਉਣਾ ਜਾਂ ਲੋਈ ਲਾਉਣੀ ਅਗਰ ਕਈਆਂ ਦਾ ਬਜਟ ਨਹੀਂ ਹੈਗਾ ਉਹ 90 ਰੁਪਏ ਵਾਲਾ ਕੰਬਲ ਵੀ ਲਿਆ ਸਕਦੇ ਸਹਿਜ ਖੋਲ੍ਹ ਕੇ ਖਾਵਾਂ ਭਾਵੇਂ ਆਪ ਸੋ ਜਿਓ ਐਡਾ ਵੱਡਾ ਸਹਿਜ ਆ ਕਿੰਗ ਸਹਿਜ ਆ ਸਿਰਫ 90 ਰੁਪਏ ਦੇ ਵਿੱਚ ਆ ਲਓ ਜੀ 90 ਰੁਪਏ ਦੇ ਵਿੱਚ ਓਨਲੀ 90 ਰੁਪਏ ਇਹ ਵੀ ਵੱਡੀ ਗੱਲ ਆ ਨਹੀਂ ਤਾਂ ਹੈ ਨਾ ਇਹਨੂੰ ਆਪਾਂ ਕਹਿ ਦਿੰਦੇ ਵੀ ਸਿੰਗਲ ਕੰਬਲ ਆ ਪਰ ਸਿੰਗਲ ਨਹੀਂ ਇਹ ਡੇਢਾ ਜਿਹਾ ਕਹਿ ਸਕਦੇ ਵੀ ਕੰਬਲ ਹੈਗਾ ਸਾਈਜ਼ ਤਾਂ ਕਾਫੀ ਹੈਗਾ ਆ 90 ਰੁਪਏ ਦੇ ਵਿੱਚ ਜਿੱਦਾਂ ਕਹਿੰਦੇ ਤੌਲੀਆ ਨਹੀਂ ਮਿਲਦਾ ਭਾਜੀ 90 ਰੁਪਏ 'ਚ ਤੌਲੀਆ ਨਹੀਂ ਮਿਲਦਾ ਤੁਸੀਂ ਕੰਬਲ ਦੇਈ ਜਾਂਦੇ ਆ ਟਾਵਲ ਵੀ ਦੇਖੋ 50 ਰੁਪਏ 'ਚ ਵਧੀਆ ਤੁਹਾਨੂੰ ਉਹ ਵੀ ਨਿਗਾਹ ਕਰਾ ਦੂੰਗਾ ਮੈਂ ਆਹ 90 ਰੁਪਏ ਦਾ ਆਹ 200 ਰੁਪਏ ਦਾ ਉਹ ਤੋਂ ਡਬਲ ਭਾਰਾ ਹੋ ਗਿਆ ਇਸ ਤੋਂ ਬਾਅਦ ਆ ਜਾਓ ਤੁਸੀਂ 250 ਵਾਲਾ ਦਿਖਾਓ 245 ਵਾਲਾ 245 ਰੁਪਏ ਵਾਲਾ ਬੈਗ ਦੇ ਵਿੱਚ ਇਹਦੇ ਵਿੱਚ ਬੈਗਿੰਗ ਦੀ ਪੈਕਿੰਗ ਮੇਰੇ ਕੋਲ ਚੇਂਜ ਹੁੰਦੀ ਰਹਿੰਦੀ ਆ ਇਹ ਮਿਲਣਾ 245 ਰੁਪਏ ਦਾ ਇਸ ਤੋਂ ਬਾਅਦ ਦਿਖਾਓ ਦੂਜਾ ਦਿਖਾਓ ਬਲਸ਼ ਦਾ ਲਿਆਓ ਆ ਲਓ ਝੋਟਿਆਂ ਵਾਲਾ ਕੰਬਲ ਜਿਹੜਾ ਕਹਿੰਦੇ ਆ ਇਹ ਮਿਲਣਾ 495 ਰੁਪਏ ਦਾ ਨਾ ਜਿਹੜਾ ਮਾਰਕੀਟ 'ਚ ਮਿਲਦਾ 800-900-1000 ਲੱਗੀ ਲਗੋ ਚੜਿਆ ਆਪੋ ਆਪਣੀ 450 ਮਤਲਬ ਸੂਈ ਤੋਂ ਲੈ ਕੇ ਜਹਾਜ਼ ਤੱਕ ਜਿੱਦਾਂ ਵੀ ਇੱਥੇ ਸਮਾਨ ਹੈਗਾ ਕੱਪੜੇ ਦੇ ਵਿੱਚ ਹਰ ਇੱਕ ਦੇ ਵਿੱਚ ਤੁਹਾਨੂੰ ਅੱਧੇ ਰੇਟਾਂ ਤੋਂ ਵੱਡੇ ਡਿਸਕਾਊਂਟ ਆ ਤੁਸੀਂ ਜਿੱਥੋਂ ਮਰਜ਼ੀ ਆਓ ਵੱਡੇ ਫਾਇਦੇ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਆ ਭਾਅ ਜੀ ਰਜਾਈਆਂ ਕਿੰਨੇ ਤੋਂ ਸ਼ੁਰੂ ਹੋ ਜਾਂਦੀਆਂ ਵੈਸੇ ਇਹ ਹੁਣ ਦੇਖੋ ਭਾਅ ਜੀ ਇਸ ਟਾਈਮ ਹੈਗੀ ਠੰਡ ਬਹੁਤ ਜ਼ਿਆਦਾ ਹੁਣ ਠੰਡ ਤਾਂ ਅਮੀਰ ਨੂੰ ਵੀ ਲੱਗਦੀ ਆ ਗਰੀਬ ਨੂੰ ਵੀ ਲੱਗਦੀ ਆ ਲੱਗਦੀ ਹੈ ਨਾ ਉਹਦਾ ਬਜਟ ਨਹੀਂ ਹੁੰਦਾ ਰਜਾਈ ਲੈਣ ਦਾ ਰਜਾਈ ਕਿੰਨੇ ਦੀ ਮਿਲਣੀ ਆ 1500-1800-2000 ਠੀਕ ਆ ਇੱਥੇ ਮਿਲਣੀ ਆ 1000 ਰੁਪਏ ਦੀ ਟੋਟਲ ਗਰਮ ਹੁੰਦਾ ਨਿੱਘਾ ਤੇ ਇਹਨੇ ਚੁੱਭਣੀ ਆ ਤੁਹਾਡੇ ਕੋਈ ਜ਼ਖਮ ਦੇ ਦੇਣਾ ਨਾ 1000 ਰੁਪਏ ਦੇ ਵਿੱਚ ਡਬਲ ਬੈੱਡ ਦੀ ਰਜਾਈ ਇਹ ਵੀ ਇੱਕ ਵੱਡਾ ਚੈਲੰਜ ਆ ਬਈ ਤੁਸੀਂ ਆਹ ਸਕਰੀਨਸ਼ਾਟ ਵੀ ਲੈ ਸਕਦੇ ਆ ਤੁਸੀਂ ਇਹਦੀ ਵੀਡੀਓ ਬਣਾ ਸਕਦੇ ਆ ਆਹ ਰਜਾਈ ਵੀ ਤੁਹਾਨੂੰ ਨਾ 1000 ਰੁਪਏ ਦੀ ਨਹੀਂ ਮਿਲਣੀ ਤੁਸੀਂ ਜਿੱਥੇ ਮਰਜ਼ੀ ਜਾ ਕੇ ਕਹਿ ਦਿਓ ਵੀ ਯਾਰ ਰਜਾਈ ਦਿਓ ਜਿੱਥੇ ਮਰਜ਼ੀ ਪਹਿਲਾਂ ਰੇਟ ਟੈਸਟ ਕਰਕੇ ਆ ਜਾਓ ਵੀ ਕਿੰਨਾ ਹੈ ਨਾ ਤੁਹਾਨੂੰ ਨਹੀਂ ਮਿਲਣਾ ਇੱਥੋਂ ਆ ਕੇ 1000 ਰੁਪਏ ਦੀਆਂ ਜਿੰਨੀਆਂ ਮਰਜ਼ੀ ਤੁਸੀਂ ਲੈ ਜਾਓ ਰੰਗ ਰੁੰਗ ਡਿਜ਼ਾਈਨ ਵੱਖੋ ਵੱਖਰੇ ਮਿਲ ਜਾਣੇ ਪਰ ਰੁਪਈਆ 1000 ਇਹਦੇ ਵਿੱਚ ਇਹ ਨਹੀਂ ਕਿ ਕਿਸੇ ਨੂੰ 1200 ਦੀ ਕਿਸੇ 1400 ਇੱਕੋ ਨੋਟ 1000 ਰੁਪਏ ਦਾ ਗਾਹਕ ਆਉਂਦਾ 5 ਰਜਾਈਆਂ ਲੈਣ 5000 ਰੁਪਏ ਲਓ 5 ਰਜਾਈਆਂ 6 ਰਜਾਈਆਂ ਅਸੀਂ ਤਾਂ ਹਰੇ ਨੂੰ ਕਹਿੰਦੇ ਹਾਂ ਸਾਡੇ ਕੋਲ ਗਰੀਬ ਵੀ ਆ ਸਕਦਾ ਸਾਡੇ ਕੋਲ ਅਮੀਰ ਵੀ ਆ ਸਕਦਾ ਭਾਜੀ 1000 ਤੋਂ ਤਾਂ ਸ਼ੁਰੂ ਆ ਹੁਣ ਕਈ ਵੇਲੇ ਬੰਦਾ ਕਹਿੰਦਾ ਵੀ ਮੈਂ ਤਾਂ ਲੈਣੀ ਵਧੀਆ ਆ ਹਨਾ ਉਹ ਵੀ
सैट पूरा जे दाज बारी जो कुड़ी तुझे देना ना गहना ये सोने की चैनी के उपर काम करता भाई ये तो बड़ी बड़ा हैवी दे बच्चा अगला तुरिया जाता ना पता लगता कि इस चीज चक्की हुई है ये रजाई भी आ चादर भी आ पिलो कवर भी आ कुशन कवर भी आ कमरा पूरा सज जाता भाई चादर रजाई रखी होंगी कमाल ही हो जाती है ना हम ट्रॉली आला कंबल भी आ चुका भाजी आ नहीं कि देखिया चीजा यार अज पहली चीज देखी लग्जरी चीजा है मैं ऑनलाइन भी नहीं पा सकता चीजा कोई लग्जरी चीजा है शोरूम च मिलनी ना कि आम दुकान से मिलनी ये शोरूम में रेट भी उदा के होने इतने मैं दस आम बंदा भी आता अमीर गरीब सारे आ सकते हैं खुला सदा हरेक तो यह भी चीज़ा मेरे ख्याल मैं तो पहली बार देखिया थोड़ा मैं पता नहीं भी जिन्हें पहला शायद देखी कि नहीं देखी पर आ देखो इदा दिया चीज़ा जी आशू जट्टी पहलकदमी करता पहला ही पंजाब इन्होंने रीत पाई सी बी 10-20-25 रुपए के मार्जन के सूट बेचने अज भी उस चीज़ से तुरे हुए हैं जिस करके एक छोटी दुकान सी फिर होर वड्डी हो गई हुण तां एड्डी वड्डी हो गई फगवाड़े का सब तो वड्डा शोरूम आशू दी हट्टी बन गया तो पूरे वर्ल्ड के आशू दी हट्टी नूं इदां दा कोई बंदा नहीं जिहड़ा पंजाबी होवे जिहड़ा ना जाणदा होवे इसलिए इत्थे तुहाडे फायदे हो रहे हैं ना तुसीं फायदे इत्थे लओ जिहड़ी मर्जी कंट्री ते तुसीं हैगे तुसीं ऑनलाइन शॉपिंग करो पर जिहड़े इंडिया आ रहे आ तुसीं भाजी एक गल होर समझ लगी कहिंदे वी जदों जहाज़ लैंड हुंदा आ घर बाहर च बीबियां दीआं पहलां इत्थे आ जांदी परसों वी गाहक इदां आया गाहक दिल्ली तों उह मैं कहा अंबरसर दे सीगे दिल्ली फ्लैट से कनेडा तो शायद मैं लगता आए थे वो पहला रुक के गए बेचारी थकी हुई थी वह कहती नहीं फिर भी मैं अपनी वास्ते शॉपिंग करके घर फिर जाना मेरे को 15-20 सूट लैके गए अज शायद अज या कल उन्होंने मेरे को आना शॉपिंग कर इतना बुकिंग कर भाजी उदो जो लगा अभी घर नहीं अभी गए एयरपोर्ट तो सीधे तेज दुकान से आए हुए हैं भाई अपना दुगना खून हो जाता हौसले बढ़ जाते भी लै भी दसो ये बड़िया गल् है ना इदा मेरे ख्याल किसी भी शोरूम दुकान पर नहीं होंगी होनी सो लोग सीधे एयरपोर्ट तो उतरते हैं लोगों को होंगे भी घर जाना घर नहीं पहला आशू दी हट्टी तो आते हैं सो तुम भी है ना जो किसी भी कंट्री जो इतने आने है इन्हों को फोन करके दस दो भी इदा आना तुम आओ थोड़े स्पैशल जिदा वधिया रखा होंगे इतने फैसिलिटी थोड़े इतने आके शॉपिंग कर सकते हैं थोड़े समय के वधिया वरायटी दिखानी आ वड्डी इतने ऑप्शन यह भी हैगी इदा नहीं है जिम्मे बाकी दुकाना सूट खोली जो 200 सूट खोल देंगे तो सूट तुम्हें पसंद होने 3-4 इतने इन्होंने जो 20 सूट खोले तो 12-15 पसंद आ जाने क्योंकि सारिया चीज़ा इदा ही बस चक लो रख वाली आई सारिया चुन चुन के रखी हुई हैं सो बाकी तुम इतने आओ वे अपने फायदे लैके जाओ थोड़े पैसों से वरायटी सोहनी लैके जाओ पूरे वर्ल्ड की सब तो फेमस हट्टी आशू की हट्टी जिन्हें दसिया भी थोड़े पैसे किदा बचाने है ना रोज पैटल ब्रांड कंबल भाई इतने हर तरह चीज़ मिल जानी आ सो भाई लास्ट के अपने जो कस्टमर थोड़े है उन्होंने की कहना चाहते हो मैं तो उन्होंने आप कहना कि ऑनलाइन मंगा नो मेरी दुकान से विजिट करो दुकान से आओ वरायटियाँ अखी देख के लगे जाओ अखी देखी वरायटी होर होंगी आ फोटो वाली चीज़ वैसे ही होर होंगी आ अखी देखो आके देखो चैक करो सानू साडे रेट साडी क्वालिटी साडे प्राइस चैक करो भी आशू हट्टी वाकई कोई ऐदा धोखा लगता नहीं करती किसी तो आओ चैक करो मोस्ट वेलकम है खुले सदे बाकी दुकानदार इदा कहने सू ऑनलाइन दसो जी तुम लै जाओ लै जाओ कहते इतने आ जाओ भाई चैक करो हाथ रला कपड़ा सारा जो भी थोड़ी तसली हूँ कर लो उ लेके जाओ तुम होर कोई जानकारी लैनी है साड़ी स्क्रीन पर नंबर तुम फोन कर सकते हैं कैमरामैन जस्सी सिंह के हरदीप सिंह तगड़ सांझ टीवी फगवाड़ा।